ਉਹ ਆ ਵੀ ਚੱਲਿਆ ਸ਼ਿਕਾਰੀ ਹੋਰ ਬਾਪੂ ਇੱਥੇ ਚੱਲਾਂ ਲੈ ਵੇਲਾ ਕਿਸੇ ਥਾਂ ਦਾ ਸਾਰਾ ਦਿਨ ਘੁੰਮਦਾ ਰਹਿੰਦਾ ਤੂੰ ਗੱਲ ਸੁਣ ਬਾਪੂ ਵੇਲਾ ਬੁਲਾ ਨਾਖ ਆਪ ਤੂੰ ਸਾਰਾ ਦਿਨ ਟੁੱਟੀ ਸਕੂਟਰੀ ਲੈ ਕੇ ਘੁੰਮਦਾ ਰਹਿਣਾ ਨਾਲੇ ਮੇਰੀ ਵੀ ਬੇਇੱਜ਼ਤੀ ਕਰਾਉਣਾ ਤੈਨੂੰ ਕੀ ਪਤਾ ਇਹਦਾ ਅਫਸਰ ਲੋਕਾਂ ਦੇ ਗਹਿਣੇ ਹੁੰਦੇ ਆ ਗਹਿਣੇ ਲੈ ਬਾਪੂ ਐਡਾ ਕਿ ਤੂੰ ਬਿਜਲੀ ਬੋਰਡ 'ਚ ਐਕਸ਼ਨ ਲੱਗਾ ਲੈ ਐਕਸ਼ਨ ਉਹ ਕਾਕਾ ਐਕਸ਼ਨ ਤਾਂ ਸਾਡੇ ਨੇੜੇ ਤੇੜੇ ਵੀ ਨਹੀਂ ਉਹ ਮੇਰੀ ਤਾਂ ਮੈਂ ਕਿ ਮੇਰੇ ਸੀਟ ਹੈ ਬਹੁਤ ਉੱਚੀ ਹੈ ਬਾਪੂ ਕਿੱਡੀ ਕਿ ਉੱਚੀ ਹੈ ਉਹ ਚੱਲ ਚੱਲ ਲੇਟ ਕਰਾਤਾ ਮੈਂ ਫੇਰ ਦੱਸਦਾ ਤੈਨੂੰ ਆ ਕੇ ਆ ਠੀਕ ਹੈ ਠੀਕ ਹੈ ਬੰਬ ਕਿੱਥੇ ਪਹੁੰਚਿਆ ਅੱਛਾ ਆਇਆ ਕਰਦਾ ਚਲ ਆ ਜਾ ਮੈਂ ਤੇਰੀ ਵੇਟ ਕਰਦਾ ਇੱਥੇ ਹੀ ਚਲ ਠੀਕ ਹੈ ਚੰਗਾ ਹਾਂ ਬਈ ਬੰਬ ਤੇਰੀ ਤਾਂ ਟੋਰੀ ਬਹੁਤ ਹੈ ਨਵਾਂ ਮੋਟਰਸਾਈਕਲ ਸੋਨੇ ਚਾਂਦੀ ਦੀ ਜੈਨਾ ਨਵੀਂ ਹੈ ਨਿਕ ਉਹ ਬਸ ਇਹ ਸਾਰੀ ਬਾਪੂ ਦੀ ਕਿਰਪਾ ਹੈ ਯਾਰ ਤੇਰਾ ਬਾਪੂ ਇਹੋ ਜਿਹਾ ਕਰਦਾ ਕੀ ਕੰਮ ਹੈ ਉਹ ਬਾਪੂ ਮੇਰਾ ਅਫਸਰ ਲੱਗਾ ਵੱਡਾ ਵੱਡਾ ਅਫਸਰ ਹਾਂ ਪੁੱਛ ਕੇ ਤਾਂ ਦੱਸੀ ਕਿਹੜਾ ਅਫਸਰ ਲੱਗਿਆ ਹੁਣੇ ਪੁੱਛ ਲੈਨੇ ਆ ਉਹ ਆ ਜਿਹੜਾ ਫੋਨ ਆ ਗਿਆ ਯਾਰ ਹੈਲੋ ਹਾਂ ਬਾਪੂ ਕਿੱਥੇ ਹੈ ਹਾਂ ਪੁੱਤ ਖੰਬੇ ਦੇ ਹੈ ਖੰਬੇ ਦੇ ਮੈਂ ਬਾਅਦ ਚ ਫੋਨ ਕਰਦਾ ਬਾਪੂ ਗਲਤ ਆ ਨੋ ਨੋ ਕੀ ਹੋਇਆ ਉਹ ਕੱਟਦਾ ਬਾਪੂ ਬਿਜ਼ੀ ਲੱਗਦਾ ਵੱਡੇ ਅਫਸਰ ਹੈ ਮੀਟਿੰਗ ਮੂਟਿੰਗਾਂ ਤਾਂ ਚੱਲਦੀ ਰਹਿੰਦੀਆਂ ਘੰਟੇ ਕੇ ਬਾਅਦ ਫੇਰ ਫੋਨ ਕਰਾਂਗੇ ਚਲ ਆ ਚੱਲਦੇ ਆ ਆ ਜਾ ਚੱਲ ਇੱਕ ਤਾਂ ਲੋਕਾਂ ਨੇ ਸਾਡੀ ਮੱਤ ਮਾਰ ਲਈ ਆ ਸਾਡਾ ਕੂਲਰ ਨਹੀਂ ਚੱਲਦਾ ਸਾਡੀ ਮੋਟਰ ਨਹੀਂ ਚੱਲਦੀ ਇੱਧਰ ਨੂੰ ਗੱਲ ਆ ਯਾਰ ਹੁਣ ਤਾਂ ਟਾਈਮ ਕਾਫੀ ਹੋ ਗਿਆ ਹੁਣ ਫੇਰ ਇੱਕ ਵਾਰੀ ਪੁੱਛ ਬਾਪੂ ਨੂੰ ਉਹ ਲੈ ਪੁੱਛ ਲੈਨੇ ਆ ਹੈਲੋ ਹੈਲੋ ਹਾਂ ਪੁੱਤ ਦੱਸ ਹਾਂ ਬਾਪੂ ਕਿੱਥੇ ਹੈ ਉਹ ਪੁੱਤ ਖੰਬੇ ਦੇ ਹੈ ਖੰਬੇ ਦੇ ਮੈਂ ਬਾਅਦ ਚੋਂ ਕਰਦਾ ਉਹ ਬਾਪੂ ਗੱਲ ਤਾਂ ਸੁਣ ਇੱਕ ਤਾਂ ਨਿਆਣੇ ਵੀ ਫੇਰ ਕੱਟਤਾ ਯਾਰ ਹੋਰ ਚੱਲ ਆ ਕੋਈ ਨਹੀਂ ਆਪਾਂ ਗੇੜੀ ਮਾਰ ਕੇ ਆਨੇ ਆ ਆ ਜਾ ਦਫ਼ਤਰ ਦੁਫ਼ਤਰ ਵੀ ਬਹਿ ਜਾ ਕਰੋ ਉਹ ਕੀ ਦੱਸਾਂ ਪੁੱਤ ਮਹਿਕਮੇ ਵਾਲੇ ਨੇ ਤਾਂ ਡਿਊਟੀ ਲਾਈ ਕਿੱਥੇ ਖੰਬੇ ਦੇ ਖੰਬੇ ਦੇ ਉਹ ਬਾਪੂ ਹੁਣ ਤਾਂ ਦੱਸ ਦੇ ਤੂੰ ਕੀ ਲੱਗਿਆ ਹੋਇਆ ਉਹ ਭੋਲਾ ਲੈਨ ਮੈਨ ਹੈ ਲੈਨ ਮੈਨ ਉਹ ਜਾ ਬਾਪੂ ਕ੍ਰਾਂਤੀ ਵੇਸਤੀ ਅੱਜ ਪਤਾ ਲੱਗਿਆ ਤੇਰੀਆਂ ਉੱਚੀਆਂ ਸੀਟਾਂ ਦਾ ਰਾਜ ਬਿਜਲੀ ਮਹਿਕਮੇ ਵਾਲੇ ਦਾ ਲੈਨ ਮੈਨਾਂ ਨੂੰ ਰੱਖਦੇ ਹੀ ਖੰਬੇ ਤੇ ਆਇਓ ਤੇਰਾ ਯਾਰ ਲੈਨ ਮੈਨ ਤੈਨੂੰ ਚੱਤੋ ਪੈਰ ਜਿਹੜੇ ਦੇ ਭਲੇਖੇ ਪੈਂਦੇ ਰਹਿਣ।